ਪੁਰਾਣੀ ਜ਼ਿੰਦਗੀ ਕਸ਼ਮੀਰ ਨੇ, ਕਦੀਮ ਦੌਰ ਨੇ, ਇਹ ਉਹ ਜ਼ਿੰਦਗੀ ਹੈ। ਤੁਸੀਂ ਚੈੱਕ ਕਰੋ ਹਾਂ ਜ਼ਰਾ ਇਸ ਨੇ ਖੂਬਸੂਰਤੀ ਕੀ, ਕਿਤਨੇ ਖੂਬਸੂਰਤ ਅੰਦਾਜ਼ ਜਨਾਬੇ ਵਾਲਾ ਦਰਿਆ ਜਾ ਹੀ ਰਿਹਾ ਵੈ। ਇਹ ਅਸਾਂ ਕਸ਼ਮੀਰ ਨੇ ਆਖਰੀ ਗ੍ਰਾਂ ਤੋਂ ਅੱਗੇ ਫਿਰ ਤਾਊਬਟ ਬਾਲਾ ਲੈ ਜਾਓ ਲੈ ਜਾਓ ਲੈ ਜਾਓ। ਸਕੂਟਰ ਫਸੀ ਗਿਆ ਜਨਾਬ ਸਾਰਾ, ਸਕੂਟਰ ਫਸੀ ਗਿਆ ਜਨਾਬ। ਅਸਲਾਮ ਅਲੈਕੁਮ ਜੀ, ਉਮੀਦ ਕਰਨਾ ਸਾ ਸਾਰੇ ਵਾਲੋ, ਸੋ ਮੇਰ ਫਾਨ ਜ਼ਫਰ ਸਤਕਿਰਿਓ ਕਸ਼ਮੀਰ ਟੀਵੀ। ਜਨਾਬੇ ਵਾਲਾ ਮਾਸ਼ਾਅੱਲਾ, ਤਾਊਬਟ ਤੋਂ ਪਹਿਲੇ ਇੱਕ ਗਰਾਨੇ ਵਿੱਚ ਅਸਾਂ ਮੌਜੂਦਾ ਰਾਤ ਅਸਾਂ ਇੱਥੇ ਸਟੇਅ ਕੀਤੀ ਸੀ। ਸੋ ਪਿਛਲੇ ਵਲੌਗ ਹੀ ਤੱਕਿਆ ਉਸ ਸੀ, ਮੌਸਮ ਕਾਫੀ ਖਰਾਬ ਸੀ ਅਤੇ ਅਸਾਂ ਆਖਿਆ ਕਿ ਸਫ਼ਰ ਕਾਫੀ ਹੋ ਗਿਆ ਅਤੇ ਇੱਥੇ ਸਟੇਅ ਕਰਨੇ ਆ। ਔਰ ਅੱਜ ਨੇ ਦਿਨ ਦੇ ਵਿੱਚ ਇਨਸ਼ਾਅੱਲਾ ਤੁਸਾਂ ਕੀ ਨਾ ਅਸਾਂ ਤਾਊਬਟ ਕੀ ਐਕਸਪਲੋਰ ਕਰਸਾਂ ਜਨਾਬੇ ਵਾਲਾ ਪ੍ਰੋਪਰ ਤਰੀਕੇ ਨਾਲ ਇਨਸ਼ਾਅੱਲਾ। ਅਤੇ ਤੁਸਾਂ ਕੀ ਦੱਸਾਂ ਤਾਊਬਟ ਦੀ ਖੂਬਸੂਰਤੀ, ਔਰ ਕਸ਼ਮੀਰ ਨਾ ਇਹ ਆਖਰੀ ਗ੍ਰਾਮ ਹੈ। ਔਰ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਨਾਲ ਗੱਲ ਕੀਤੀ ਸੀ ਕਿ ਕਸ਼ਮੀਰ ਨਾ ਸਿਰਫ ਆਖਰੀ ਗ੍ਰਾਮ ਦੇ ਨਾਲ ਇਸ ਵਾਰ ਸਫ਼ਰ ਨਹੀਂ ਖਤਮ ਹੋਣਲਾ, ਜਾਂ ਕਸ਼ਮੀਰ ਨਾ ਅਸਲ ਸਵਿਟਜ਼ਰਲੈਂਡ ਆਫ ਕਸ਼ਮੀਰ ਹੈ ਨਾ, ਉਸਨੇ ਵਿੱਚ ਜੁਲਸਾਂ ਜਨਾਬੇ ਵਾਲਾ ਮਿਨੀ ਮਾਰਗ। ਲੇਕਿਨ ਅੱਜ ਅਸਾਂ ਸਾਰੀ ਆਪਣੀ ਜਿਹੜੀ ਹੈ ਨਾ ਤਿਆਰੀ ਕਰਨੀ ਆ, ਉਹ ਸਫ਼ਰ ਸਾਡਾ ਅੱਗੇ ਜਿਹੜਾ ਸੀ ਉਹ ਤਾਂ ਇਹੀ ਪਿਆਦਲ ਹੈ ਨਾ। ਇਸ ਵਜ੍ਹਾ ਤੋਂ ਇੱਕ ਤਾਂ ਅੱਜ ਤਾਊਬਟ ਕੇ ਐਕਸਪਲੋਰ ਕਰਨਾ, ਦੂਆ ਇਹ ਕਿ ਸਾਰੀ ਆਪਣੀ ਜਿਹੜੀ ਹੈ ਨਾ ਪ੍ਰਿਪਰੇਸ਼ਨ ਕਰਨੀ ਹੈ ਉੱਧਰ ਜਾਣ ਵਾਸਤੇ। ਤਾਂ ਚਲੋ ਇਨਸ਼ਾਅੱਲਾ ਵੇਟ ਕਰਨੇ ਆ ਇੱਥੇ, ਨਾਸ਼ਤੇ ਨਾ ਪਏ ਨਾਸ਼ਤਾ ਕਰਸਾਂ ਤਾਂ ਫਿਰ ਇੱਥੋਂ ਅੱਗੇ ਨਿਕਲਸਾਂ ਜਨਾਬੇ ਵਾਲਾ। ਤਾਂ ਤੁਸਾਂ ਕੀ ਦੱਸਾਂ ਤਾਂ ਮਾੜੀ ਤਰਫੋਂ ਸਾਰਿਆਂ ਕੀ ਜੁਮਾ ਮੁਬਾਰਕ ਜਨਾਬ ਬਹੁਤ ਜ਼ਿਆਦਾ। ਤਾਂ ਕਹੋ ਹਾਂ, ਕਿਤਨੀ ਸੋਹਣੀ ਮੱਕ ਲੱਗੀ ਵੀ ਹੈ ਇਸ ਲੈ, ਇੱਥੇ ਹਰ ਜਗ੍ਹਾ ਇਸ ਲੈ ਨਾ ਮੱਕ ਹੀ ਜ਼ਿਆਦਾ ਲੱਗੀ ਵੀ ਹੈ, ਮੱਕ ਅਖਰੋਟ। ਉਸ ਤੋਂ ਬਾਅਦ ਇਹ ਤਾਂ ਸੂਰਜਮੁਖੀ ਨੇ ਫੁੱਲ ਵੀ। ਇਹ ਮੈਂ ਕੱਲ੍ਹ ਪੁੱਛਿਆ ਸੀ ਇਹਨਾਂ ਕੋਲ ਆਣਨ ਵੇ ਅਸਾਂ ਜਾਨਵਰਾਂ ਕੀ ਆਪਣਿਆਂ ਕੀ ਬਾਣਿਆ ਉਹਨਾਂ ਵਾਸਤੇ ਸਹੀ ਹੋਣੇ, ਤਾਂ ਨਾਲ ਇਹ ਕਿ ਖੂਬਸੂਰਤੀ ਹੋ ਜਾਣੀ ਆ ਮੱਕੇ ਨੇ। ਲਓ ਜੀ ਜਨਾਬ, ਸਾਡਾ ਨਾਸ਼ਤਾ ਆ ਗਿਆ। ਕੜਮ ਸਾਗ ਜਿਹੜੀ ਕਿ ਸਪੈਸ਼ਲ ਇੱਥੇ ਨੇ ਫੇਮਸ ਸਬਜ਼ੀ ਹੈ ਨਾ, ਉਹ ਇੱਥੇ ਹੀ ਸਿਰ ਪਾਇਆ ਜਾਣਾ ਵਾ ਜਨਾਬ ਇਹਨਾਂ ਵੈਲੀਆਂ ਦੇ ਵਿੱਚ। ਇੱਧਰ ਮਾੜਾ ਫੁੱਲ ਫਰਾਈ ਆ ਗਿਆ, ਅਤੇ ਉਸ ਤੋਂ ਬਾਅਦ ਵਾਲਾ ਜਨਾਬ ਵਾਲਾ ਖੁਸ਼ਕ ਪਰਾਂਠੇ ਨਾਲ ਚਾਹ ਨਾਲ ਥਰਮੋਸ ਆ ਗਿਆ। ਤਾਂ ਹੁਣ ਕਰਨੇ ਆ ਨਾਸ਼ਤਾ ਇਸ ਖੂਬਸੂਰਤ ਜੇ ਮੰਜ਼ਰ ਨੇ ਵਿੱਚ, ਅਤੇ ਫਿਰ ਜਨਾਬੇ ਵਾਲਾ ਅੱਗੇ ਆਪਣਾ ਸਫ਼ਰ ਕੰਟੀਨਿਊ ਕਰਨੇ ਆ। ਚਲੋ ਜੀ ਜਨਾਬ, ਹੁਣ ਨਿਕਲਨੇ ਆ ਇੱਥੋਂ, ਅੱਲਾ ਪਾਕ ਖੈਰ ਕਰਨ, ਟਲਨੇ ਆ। ਭਾੜੂ ਕਾ ਸ਼ਹਿਜ਼ਾਦਾ ਪਹਿਲੇ ਹੀ ਤਿਆਰ ਹੈ ਸਾਡਾ। ਬਾਏ ਬਾਏ। ਬਿਸਮਿਲਲਾਹਿ ਰਹਿਮਾਨਿ ਰਹੀਮ। ਚਲੋ ਜੀ, ਅੱਜ ਨਾ ਸਫ਼ਰ ਅਸਾਂ ਸ਼ੁਰੂ ਕਰਨੇ ਆ, ਅੱਲਾ ਪਾਕ ਖੈਰ ਕਰਨ। ਇਹ ਗੈਸਟ ਹਾਊਸ ਸੀ ਜਿੱਥੇ ਅਸਾਂ ਰਹੇ ਸਾਂ। ਅੱਲਾ ਹਾਫਿਜ਼ ਅੰਕਲ ਜੀ, ਬਹੁਤ ਸ਼ੁਕਰੀਆ। ਹਾਂ ਠੀਕ ਠੀਕ, ਮਾਸ਼ਾਅੱਲਾ ਜੀ। ਅੱਜ ਤਾਂ ਮੌਸਮ ਵੀ ਜਿਹੜਾ ਨਾ ਬੜਾ ਜ਼ਬਰਦਸਤ ਹੈ, ਬੜਾ ਸੋਹਣਾ ਮੌਸਮ ਹੈ। ਅੱਜ ਜੁਮੇ ਨਾ ਬੜਾ ਬਾਬਰਕਤ ਦਿਨ ਹੈ, ਇਨਸ਼ਾਅੱਲਾ ਅਸਾਂ ਟਾਈਮੇ ਸਿਰ ਕੁਦਰੇ ਪੁੱਜੀ ਗਏ ਅਤੇ ਜੁਮਾ ਵੀ ਅਦਾ ਕਰਸਾਂ ਤਾਊਬਟ ਹੀ। ਤਾਊਬਟ ਤੋਂ ਪਹਿਲੇ ਅਸਾਂ ਥੋੜ੍ਹੇ ਜਿਹੇ ਰੁਕੀ ਗਏ ਹਾਂ, ਹਮੇਸ਼ਾ ਮਾੜੀ ਕੋਸ਼ਿਸ਼ ਹੋਣੀ ਹੈ ਮੇਨ ਡੈਸਟੀਨੇਸ਼ਨ ਤੋਂ ਥੋੜ੍ਹਾ ਜਿਹਾ ਪਹਿਲੇ ਰੁਕੀ ਜਾਣਾ, ਔਰ ਦੂਏ ਦਿਹਾੜਾ ਉਸ ਡੈਸਟੀਨੇਸ਼ਨ ਕੀ ਨਾ ਸਹੀ ਤਰੀਕੇ ਨਾਲ ਤੱਕਣਾ। ਹੁਣ ਕੱਲ੍ਹ ਅਸਾਂ ਬਾਰਿਸ਼ਾਂ ਦੇ ਵਿੱਚ ਨਾ ਤਾਊਬਟ ਕੀ ਉਸ ਤਰ੍ਹਾਂ ਨਾ ਤੱਕੀ ਨਾ ਸਾ ਸਕਣੇ, ਸ਼ਾਮ ਹੋ ਗਈ ਸੀ। ਅਤੇ ਅੱਜ ਅਸਾਂ ਆਪਣੇ ਵਿਊਵਰਸ ਕੀ ਸਹੀ ਐਕਸਪਲੋਰ ਕਰਸਾਂ, ਉਸ ਨਾਲ ਹਰ ਇੱਕ ਕੋਨਾ ਇਨਸ਼ਾਅੱਲਾ ਦੱਸਾਂ। ਇੰਤਾਈ ਬੁਰਾ ਜਨਾਬੇ ਵਾਲਾ ਟਰੈਕ ਸ਼ੁਰੂ ਹੈ ਇਸ ਲੈ, ਤੱਕਣੇ ਹੋਵੇ ਦਰਿਆ ਨੇ ਨਾਲੇ ਨਾਲੇ, ਇਹ ਥੋੜ੍ਹੀ ਜਿਹੀ ਰੋਡ ਹੈ ਵੈ। ਹੁਣ
ਮੈਂ ਕਿਹਾ ਜਨਾਬ ਇੱਕ ਹੋਰ ਗ੍ਰਾਂ ਆਈ ਗਿਆ ਵੈ ਨਕਰੂ ਕੇ ਕੁਝ ਇਹ ਜਿਹਾ ਇਸ ਗ੍ਰਾਂ ਦਾ ਨਾਮ ਹੈ। ਫਿਰ ਇਸ ਤੋਂ ਬਾਅਦ ਜਿਹੜਾ ਵੈ ਨਾ ਇੱਕ ਹੋਰ ਅੱਗੇ ਅੱਜ ਸੀ ਬਹੁਤ ਖੂਬਸੂਰਤ ਗ੍ਰਾਂ ਉਹ ਲਾਈਫ ਸਟਾਈਲ ਹੈ ਇੱਥੇ ਪੁਰਾਣਾ ਜਿਹੜਾ ਅਸਾਂ ਆਪਣੇ ਬਜ਼ੁਰਗਾਂ ਕੋਲ ਖਾਲੀ ਸੁਣਿਆ ਸੀ ਲੇਕਿਨ ਇਸ ਗ੍ਰਾਂ 'ਚ ਅੱਛੋ ਤਾਓ ਬਟ ਤੱਕ ਤਾਂ ਬੰਦਾ ਉਹ ਜ਼ਿੰਦਗੀ ਤੱਕੀ ਸਕਣਾ ਵੈ ਅੱਜ ਤੋਂ ਜਿਹੜੀ ਪੁਰਾਣੇ ਦੌਰ ਦੀ ਜ਼ਿੰਦਗੀ ਸੀ। ਇਸ ਸਾਰੀ ਜਗ੍ਹਾ ਨਹੀਂ ਅਗਰ ਕੋਈ ਖੂਬਸੂਰਤੀ ਮਾਰਨਾ ਨਾ ਤਾਂ ਉਹ ਰੋਡ ਹੈ, ਰੋਡ ਹੋਈ ਜਾਏ ਨਾ ਤਾਂ ਬਸ ਫਿਰ ਕੋਈ ਮਸਲਾ ਨਹੀਂ ਹੈ, ਨਾ ਕੋਈ ਰੋਡਾਂ ਪਰ ਚਿੱਕੜ ਹੋਣ ਲੈ ਨਾ ਕੁਛ, ਈਜ਼ੀਲੀ ਬੰਦਾ ਆ ਹੀ ਸਕਣਾ ਜਾ ਹੀ ਸਕਣਾ ਇਸ ਖੂਬਸੂਰਤੀ ਕੀ ਐਕਸਪਲੋਰ ਸਹੀ ਤਰੀਕੇ ਨਾਲ ਕਰੀ ਸਕਣਾ। ਇਸ ਲਈ ਬਸ ਮੱਕਾ ਹੀ ਤੁਸੀਂ ਕਿ ਜ਼ਿਆਦਾ ਇੱਥੇ ਦਿਸ ਸਣ ਹਰ ਜਗ੍ਹਾ। ਜਿਹੜਾ ਹੁਣ ਜਨਾਬ ਅੱਗੇ ਸੀ ਨਾ ਗ੍ਰਾਂ ਜਿਹੜਾ ਹੁਣ ਸ਼ੁਰੂ ਹੈ ਇਹ ਕਰੀਮਾਬਾਦ ਹੈ, ਸਭ ਨਮਾਜ਼ ਪੜ੍ਹਨ ਵਾਸਤੇ ਜਾ ਹੀ ਰਹੇ ਨੇ। ਹਾਲਾਂ ਪੁੱਛੋ ਨੇ ਮਸਜਿਦ ਕੁੱਥਾ ਇੱਥੇ ਜਾਣੇ, ਇਹ ਹੁਣ ਕਰੀਮਾਬਾਦ ਜਨਾਬ ਸ਼ੁਰੂ ਹੋਈ ਗਿਆ ਗ੍ਰਾਂ। ਜੁਮੇ ਨਾ ਟਾਈਮ ਵੀ ਹੈ ਤਾਂ ਅਸਾਂ ਨਮਾਜ਼ ਪੜ੍ਹੀ ਗਈ ਅੱਗੇ ਜੁਲਾਂ ਕੁਦਰੇ, ਕਿਉਂਕਿ ਮੈਨ ਤਾਊ ਬਟ ਹੈ ਜਿਹੜਾ ਉਹ ਤਾਂ ਅੱਗੇ ਵੈ ਨਾ, ਲੇਕਿਨ ਇਹ ਵੀ ਤਾਊ ਬਟ ਵਿੱਚ ਹੀ ਅੱਛਣਾ ਵਾ, ਇਸ ਨੇ ਵੀ ਕੋਈ ਖੂਬਸੂਰਤੀ ਨਹੀਂ, ਕੋਈ ਕਮੀ ਤਾਂ ਨਹੀਂ ਇਸ ਨੇ ਅੰਦਰ ਵੀ। ਇੱਥੋਂ ਅੱਗੋਂ ਇਸ ਪੂਰੇ ਗ੍ਰਾਂ ਦਾ ਵਿਊ ਅਸੀਂ ਹੁਣ ਨਜ਼ਰ ਮਾਰੋ ਹਾਂ ਜਨਾਬ, ਕਿਆ ਹੀ ਖੂਬਸੂਰਤੀ ਹੈ ਇਸ ਗ੍ਰਾਂ ਦੀ। ਇੱਥੇ ਖੂਬਸੂਰਤੀ ਨੇ ਜਿਹੜਾ ਲੈਵਲ ਹੈ ਉਹ ਐਂਡ ਹੋਈ ਜਾਣਾ ਜਨਾਬ, ਇਤਨਾ ਜ਼ਿਆਦਾ ਖੂਬਸੂਰਤ ਇਹ ਗ੍ਰਾਂ ਹੈ। ਤਕੋ ਹਾਂ ਸਭ ਲੱਕੜੀਆਂ ਨੇ ਘਰ ਇੱਥੇ ਬਣਤੇ ਵੇ ਔਰ ਪੁਰਾਣੇ, ਅੱਜ ਨੇ ਨਹੀਂ ਇਹ ਕਈ ਅਰਸਾ ਦਰਾਜ਼ ਨੇ ਪੁਰਾਣੇ ਘਰ ਬਣਤੇ ਵੇ ਨੇ। ਨਜ਼ਰ ਮਾਰੋ ਹਾਂ ਮਾਸ਼ਾ ਅੱਲਾ ਕਿਤਨਾ ਪਿਆਰਾ ਗ੍ਰਾਂ ਇਹ। ਕਸ਼ਮੀਰ ਨਾਲ ਜਨਾਬ ਆਖਰੀ ਗ੍ਰਾਮ ਹੈ ਜਿਸ ਨੇ ਚੋਣ ਅਸਾਂ ਦਾਖਲ ਹੋ ਚੁੱਕੇ ਹਾਂ। ਇੱਥੇ ਪਿਓਰ ਤੱਕੋ ਹਾਂ ਉਹ ਲੱਕੜੀਆਂ ਵਾਲੇ ਮਕਾਨ ਸਾਰੇ ਥੱਲੇ, ਕਿਤਨੇ ਜ਼ਿਆਦਾ ਕਾਰਨ ਜਿਨ੍ਹਾਂ ਨੇ ਛੱਤ ਵੀ ਲੱਕੜੀਆਂ ਨੇ, ਸ਼ਟਰ ਸਟਾਈਲ ਹੀ ਕੋਣੀ ਕਦੀਮ ਦੌਰ ਨੇ ਕਾਰ। ਇਹ ਤੱਕੋ ਹਾਂ ਉਹ ਸਾਹਮਣੇ ਕਾਰ, ਉਸਨੇ ਵੀ ਛੱਤਾਂ ਪਰ ਲੱਕੜੀਆਂ ਹੀ, ਇਹ ਸ਼ਟਰ ਸਟਾਈਲ ਹੋਈ ਗਿਆ ਜਾਂ ਇਹ ਲੋਹੇ ਨੇ ਜਿਹੜੇ ਨਾ ਭਰੂਣ ਬਾਹਣੇ ਨੇ, ਇਹ ਤਾਂ ਇਹ ਕੱਲ੍ਹ ਨਹੀਂ ਗੱਲ ਹੈ, ਲੇਕਿਨ ਅਸਲ ਜਿਹੜੀ ਕਦੀਮ ਦੌਰ ਦੀ ਜ਼ਿੰਦਗੀ ਸੀ ਨਾ ਉਹ ਇਹੀ ਕਾਰ ਸਨ ਜਿਹੜੇ ਅੱਜ ਮੈਂ ਤੁਸੀਂ ਕਿ ਇਨਸ਼ਾਅੱਲਾ ਇੱਥੇ ਤਾਊ ਬਾਟੀ ਸਹੀ ਕੋਲੂ ਜੁਲੀ ਗਿਆ ਤਾਂ ਦੱਸਾਂ। ਬੜੀ ਪਿਆਰੀ ਔਰ ਖੂਬਸੂਰਤ ਮਸਜਿਦ, ਇਹ ਮੈਨ ਤਾਊ ਬੱਟ ਗ੍ਰਾਂ ਜਨਾਬ ਜਿੱਥੇ ਹੁਣ ਅਸਾਂ ਦਾਖਲ ਹੋਣ ਲਏ ਹਾਂ ਨਾ, ਇਹ ਮੈਨ ਤਾਊ ਬੱਟ ਹੈ। ਹੁਣ ਇੱਧਰ ਵੀ ਕਾਫੀ ਘਰ ਸ਼ਟਰ ਸਟਾਈਲ ਹੋ ਗਏ, ਲੇਕਿਨ ਅੱਜ ਤੋਂ 20-25 ਸਾਲ ਪਹਿਲੇ ਸਭ ਇਹ ਜਿਹੜੇ ਮਕਾਨ ਸਨ ਆ ਮੋਸਟ ਆਫ ਉਹ ਇਸ ਤਰ੍ਹਾਂ ਸਨ ਜਿਸ ਤਰ੍ਹਾਂ ਇਹ ਛੱਤ ਪਈ ਵੀ ਹੈ ਮਕਾਨਾਂ ਨੇ, ਅੱਪੜ ਥੱਲੋਂ ਮਿੱਟੀ ਨੇ ਜਾਂ ਲੱਕੜੀ ਨੇ, ਅਪਰੂ ਛੱਤ ਵੀ ਲੱਕੜੀ ਨਹੀਂ।
ਲੇਕਿਨ ਅੱਜ ਇਸ ਨਾਲ ਅਸਾਂ ਹਰ ਇੱਕ ਕੋਨਾ ਜਿਹੜਾ ਵੈ ਨਾ ਆਪਣੇ ਵਿਊਵਰਸ ਕੀ ਦੱਸਣਾ ਵੈ ਇਨਸ਼ਾਅੱਲਾ ਸਹੀ ਡਿਟੇਲ ਨੇ ਨਾਲ। ਅੱਜ ਜੁਮੇ ਦਾ ਦਿਨ ਹੈ ਤਾਂ ਜਲਦੀ ਛੁੱਟੀ ਹੋਈ ਗਈ ਹੈ ਸਕੂਲੋਂ ਬੱਚਿਆਂ ਕੀ, ਤਾਂ ਕਹੋ ਹਾਂਜੀ ਬਜ਼ੁਰਗ ਹਜ਼ਰਾਤ ਜਾਈ ਰਹੇ ਜੁਮੇ ਵਾਸਤੇ, ਸਟੂਡੈਂਟਸ ਹਜ਼ਰਾਤ ਘਰ ਜਾਈ ਰਹੇ, ਤਾਂ ਅਸਾਂ ਹਜ਼ਰਾਤ ਕਿਆ ਸਾ ਨਾਮ ਹੈ ਨਾ ਵਿਜ਼ਿਟ ਕਰ ਰਹੇ ਹਾਂ ਪੇਸ ਕੀ। ਇਸ ਜਗ੍ਹਾ ਅੱਛੀ ਗਿਆ ਤਾਂ ਪਤਾ ਲੱਗਣਾ ਬਿਲਕੁਲ ਤੁਸਾਂ ਇੱਕ ਹੋਰ ਹੀ ਦੁਨੀਆ ਨੇ ਵਿੱਚ ਹੋ। ਉਹ ਬੰਦਾ ਸਾਰਾ ਭੁੱਲੀ ਜਾਣਾ ਕਿ ਅਸਾਂ ਕਿਸੇ ਜਦੀਦ ਦੌਰ 'ਚੋਂ ਆਏ ਹਾਂ। ਇਹ ਘਰ ਨਜ਼ਰ ਮਾਰੋ ਹਾਂ, ਕਲੋਜ਼ ਵਿਊ। ਇਹ ਅੱਗੇ ਹੁਣ ਉਹ ਏਰੀਆ ਆ ਗਿਆ ਜਨਾਬ ਜਿੱਥੇ ਮੋਸਟਲੀ ਰਿਜ਼ੋਰਟ ਹਨ, ਹੋਟਲ ਬਣਤੇ ਵੇ ਨੇ, ਤਾਊ ਬੱਟ ਨੇ, ਜਿੱਥੇ ਜ਼ਿਆਦਾਤਰ ਟੂਰਿਸਟ ਅੱਛੀ ਕਹਿੰਦਾ ਇੱਥੇ ਹੀ ਸਟੇਅ ਕਰਨੇ ਨੇ। ਨਜ਼ਰ ਮਾਰੋ ਹਾਂ ਇਹ ਬ੍ਰਿਜ ਆ ਹੀ ਰਿਹਾ ਵੈ, ਇਸ ਕੀ ਅਸਾਂ ਬਾਅਦ ਹੀ ਵਿਜ਼ਿਟ ਕਰ ਸਾਂ, ਪਹਿਲੇ ਅੱਗੇ ਜੁੜ ਸਾਂ ਥੋੜ੍ਹੇ ਜਿੱਥੇ ਤੱਕ ਤਾਊ ਬੱਟ ਜਾਈ ਸਕਿਆਂ। ਅਸਾਂ ਜਨਾਬ ਥੋੜ੍ਹ ਜਿਹੀ ਅੱਗੇ ਨਿਕਲੀ ਆਏ ਹਾਂ ਅਤੇ ਮਸਜਿਦ ਸਿਰ ਜਿਹੜੀ ਹੈ ਨਾ ਜਾਮਿਆ ਉਹ ਪਿੱਛੇ ਹੀ ਹੈ, ਤਾਊ ਬੱਟ ਨਾਲ ਜਿਹਾ ਮੇਨ ਗ੍ਰਾਮ ਹੈ। ਫਿਰ ਵਾਪਸ ਅਸਾਂ ਮੁੜ ਸਾਂ ਜੁਮਾ ਪੜ੍ਹੀ, ਫਿਰ ਅੱਗੇ ਇਨਸ਼ਾਅੱਲਾ ਨਿਕਲ ਸਾਂ। ਨਾਲੇ ਤੁਸਾਂ ਕੀ ਦੱਸਣੇ ਆ ਇੱਥੇ ਜੁਮਾ ਕਿਸ ਤਰ੍ਹਾਂ ਹੋਣਾ ਜਨਾਬ, ਮਤਲਬ ਕਿ ਕਿਆ ਮਾਹੌਲ ਹੈ। ਇਹ ਸਾਹਮਣੇ ਮਸਜਿਦ ਹੈ ਜਨਾਬ, ਤਾਂ ਅੱਲਾਹ ਤਾਲਾ ਅੱਜ ਅਸਾਂਗੇ ਮੌਕਾ ਦਿੱਤਾ ਇੱਥੇ ਜੁਮਾ ਪੜ੍ਹਨੇ ਨਾ ਮਾਸ਼ਾਅੱਲਾ। ਇਹਦਾ ਜਨਾਬ ਹੁਣ ਖਿਲਾਣੇ ਆ ਇੱਥੇ ਸਕੂਟਰ, ਜੁਮਾ ਪੜ੍ਹਨੇ ਆ ਇਨਸ਼ਾਅੱਲਾ, ਇੱਥੇ ਜੁਲਨੇ ਆ ਅੰਦਰ ਮਸਜਿਦ ਨੇ, ਤਾਂ ਫਿਰ ਜਿਹੜਾ ਮੈਂ ਕਿਹਾ ਸਾ ਨਾ ਅੱਗੇ ਆਪਣਾ ਸਫ਼ਰ ਕਰਨੇ ਆ। ਤਕੋ ਹਾਂ ਦੇਸੀ ਲਾਈਫ ਸਟਾਈਲ ਜਨਾਬ ਵਾਲਾ। ਚਲੋ ਜੀ ਜਨਾਬ ਮਾਸ਼ਾਅੱਲਾ ਜੁਮਾ ਪੜ੍ਹੀ ਕਹਿੰਦਾ, ਹੁਣ ਇੱਥੋਂ ਅੱਲਾਹ ਕੀ ਯਾਦ ਕਰਕੇ ਇੱਥੇ ਨਿਕਲਨੇ ਆ ਗਏ। ਚਲੋ ਅੱਜ ਲਾਸਟ ਵਿਲੇਜ ਆਫ ਕਸ਼ਮੀਰ, ਤੁਸਾਂ ਇਸਨੇ 'ਚ ਜੁਮਾ ਮੁਬਾਰਕ ਨਾ ਦਿਨ ਵੀ ਤੱਕਿਆ ਕਿ ਕਿਸ ਤਰ੍ਹਾਂ ਸਾਰਿਆਂ ਦੀ ਗੈਦਰਿੰਗ ਹੋਣੀ ਹੈ ਇੱਥੇ। ਹੁਣ ਅਸਾਂ ਅੱਗੇ ਨਿਕਲੇ ਹਾਂ, ਇਹ ਸਾਰਾ ਤਾਊ ਬੱਟ ਗ੍ਰਾਮ ਹੈ, ਮਜ਼ੀਦ ਅੱਗੇ ਜਾਈ ਰਹੇ ਹਾਂ। ਇੱਥੇ ਇੱਕ ਐਸਾ ਵੀ ਗ੍ਰਾਮ ਹੈ ਜਿਹੜਾ ਸਿਰਫ ਲੱਕੜੀ ਨਾਮ ਹੈ, ਉਹ ਵੀ ਇਨਸ਼ਾਅੱਲਾ ਅੱਜ ਜਿਹੜਾ ਵੈ ਨਾ ਤੁਸਾਂ ਕਿਵੇਂ ਦੱਸਾਂ। ਸਭ ਸਾਡੀ ਪਹਾੜੂ ਕੀ ਸ਼ਹਿਜ਼ਾਦੀਆਂ ਜੀਆਂ ਗੱਡੀਆਂ ਇੱਥੇ ਫਿਰਨੀਆਂ ਪਈਆਂ, ਤਾਂ ਅਸਾਂ ਕੀ ਯਾਦ ਅੱਛਣੀ ਹੈ ਪਹਾੜੂ ਕੀ ਸ਼ਹਿਜ਼ਾਦੀ। ਇਨਸ਼ਾਅੱਲਾ ਜਲਦੀ ਹੁਣ ਕੋਈ ਨਾ ਕੋਈ ਇੰਨੀ ਪੇਸੀ ਬਾਰ ਇਸ ਵੈਦਰ ਇਸ ਸਕੂਟਰਾਂ ਦੇ ਉੱਪਰ ਬਹੁਤ ਇੰਜੋਏ ਹੈ। ਤਾਂ ਕਹੋ ਹਾਂਜੀ ਕਿਤਨੀ ਜ਼ਿਆਦਾ ਖੂਬਸੂਰਤੀ ਇਸ ਦਰਿਆ ਨਹੀਂ ਹੈ ਜਿਹੜਾ ਨਾਲੇ ਨਾਲੇ ਆ ਹੀ ਰਿਹਾ ਵੈ। ਅਸਾਂ ਦੀ ਸਾਈਡ ਇਸ ਕੀ ਦਰਿਆਏ ਨੀਲਮ ਆਖਿਆ ਜਾਣਾ, ਅਤੇ ਜਿਹੜਾ ਇੰਡੀਆ ਕਬਜ਼ਾ ਕੀਤੇ ਆ ਜਿਸ ਕਸ਼ਮੀਰ ਪਰ ਉਸਨੇ 'ਚ ਇਸ ਕੀ ਕਿਸ਼ਨ ਗੰਗਾ ਆਹਣੇ। ਲੇਕਿਨ ਇੱਕ ਯੂਨੀਕ ਕਿਸਮ ਦੀ ਖੂਬਸੂਰਤੀ ਹੈ ਇੱਥੇ ਇਸ ਜਗ੍ਹਾ ਮਾਸ਼ਾਅੱਲਾ। ਇੱਥੋਂ ਅਸਾਂ ਏਲਾ ਪੁੱਲ ਚੜ੍ਹੀ ਜਾਣਾ ਤਾਂ ਪਾਰ ਹੋ ਸਾਂ ਅੱਗੇ, ਕਿਉਂਕਿ ਇੱਥੋਂ ਦੋ ਤਰ੍ਹਾਂ ਰਸਤੇ ਨਿਕਲਣੇ ਨੇ। ਪੁੱਲ ਤਾਂ ਬੜਾ ਖੂਬਸੂਰਤ ਹੈ, ਨਜ਼ਰ ਮਾਰੋ ਹਾਂ ਸਾਰਾ ਪੁੱਲ ਪਿਆ ਬੋਲਣਾ। ਇੱਧਰ ਜ਼ਿਆਦਾਤਰ ਜਿਹੜੇ ਨਾ ਇੱਥੋਂ ਅੱਗੇ ਗੈਸਟ ਹਾਊਸ ਹਨ,
ਦੋ ਰੋਡਾਂ ਜਾਣੀਆਂ ਤਾਂ ਉਹ ਬਟਦਾ ਇੱਧਰ ਇਸ ਰੋਡਾਂ ਨੂੰ ਮੈਨੂੰ ਨਾਂ ਨਹੀਂ ਪਤਾ, ਇੱਕ ਤਾਂ ਉਹ ਬਟ ਬਾਲਾਵਿਲੀ ਸਾਈਡ ਵੀ ਰੋਡ ਜਾਣੀ ਹੈ ਜਿੱਧਰੋਂ ਅਸਾਂ ਕੱਲ੍ਹ ਜਾਣਾ ਵੈ ਮਿਨੀ ਮਾਰਕ। ਇਹ ਜਨਾਬੇ ਵਾਲਾ ਸਾਡਾ ਐਂਡ ਪੁਆਇੰਟ ਹੈ ਇੱਧਰੋਂ ਤਕਰੀਬਨ, ਇਸ ਤੋਂ ਅੱਗੇ ਜਿਹੜਾ ਨਾ ਬੰਦਾ ਨਹੀਂ ਜਾ ਸਕਣਾ। ਅਸਾਂ ਇਸ ਨੇ ਪਹਿਲੇ ਰਾਈਟ ਸਾਈਡ ਗਏ ਹਾਂ, ਹੁਣ ਜਿਹੜਾ ਤਾਂ ਉਹ ਬਟ ਬਾਲਾ ਨਾ ਅਸਾਂ ਉਸ ਸਾਈਡ ਜਾ ਸਾਂ। ਵੈਸੇ ਅਸਾਂ ਕੱਲ੍ਹ ਵੀ ਜਾਣਾ ਇੱਧਰ ਹੈ ਮਿਨੀ ਮਾਰਗ ਨਾਲ, ਰਸਤਾ ਵੀ ਇਹੀ ਹੋ ਸੀ ਨਾਲੇ ਸੋ ਕਿਹਾ ਦੱਸੀ ਛੋੜਾਂ ਤਾਂ ਉਹ ਬਟ ਬਾਲਾ ਕੱਲ੍ਹ ਕੀਆਂ ਕਿ ਅਸਾਂ ਨਾ ਸਫ਼ਰ ਮਿਨੀ ਮਾਰਗ ਨਾ ਵੈ। ਇੰਤਹਾਈ ਖੂਬਸੂਰਤ ਸਫ਼ਰ, ਆਹ ਸੁਭਾਨ ਅੱਲਾ। ਇਹ ਹੁਣ ਅਸਾਂ ਤਾਊਬਟ ਗ੍ਰਾਂ ਤੋਂ ਅੱਗੇ ਜਾ ਰਹੇ ਹਾਂ ਤਾਊਬਟ ਬਾਲਾ, ਪਤਾ ਲੱਗਣਾ ਬਸ ਅੱਲਾਹ ਤਾਲਾ ਜਿਹੜਾ ਨਾ ਸਾਰੀ ਖੂਬਸੂਰਤੀ ਇੱਥੇ ਹੀ ਦਿੱਤੀ ਹੈ ਸਰ। ਰੋਡ ਜਿਹੜੀ ਹੈ ਨਾ ਇੱਥੇ ਉਹ ਹਿਸਾਬ ਹੈ ਬੜੀ ਮੁਸ਼ਕਿਲ ਜੀ ਹੈ, ਇਹਦਾ ਕੋਲ ਕਿਤਨੀ ਖਲੀ ਰੋਡ ਹੈ, ਦਰਿਆ ਨੇ ਨਾਲ 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 ਤੱਕ ਉਹ ਕਿਤਨਾ ਖੂਬਸੂਰਤ ਔਰ ਪਿਆਰਾ ਰਸਤਾ ਜਨਾਬ। ਜਨਾਬ ਜਰਾ ਹੁਣ ਰਸਤੇ ਕੀ ਨਜ਼ਰ ਮਾਰੋ, ਹਾਂ ਬਸ ਉੱਥੇ ਤਾਂ ਗੱਡੀ ਨਾਲ ਰਸਤਾ ਸੀ ਅਤੇ ਅੱਗੂ ਜਿਹੜਾ ਨਾ ਹੁਣ ਸਕੂਟਰਾਂ ਨਾਲ ਰਸਤਾ ਵੈ। ਬਿਲਕੁਲ ਕੰਪਲੀਟਲੀ ਸਾਰੀ ਦੁਨੀਆ ਨਾਲੋਂ ਇਹ ਦੁਨੀਆ ਹੀ ਅਲੱਗ ਹੈ ਬਿਲਕੁਲ ਨਾ। ਇੱਥੇ ਜਿਹੜੀ ਖੂਬਸੂਰਤੀ, ਇੱਥੇ ਜਿਹੜਾ ਸਕੂਨ, ਇੱਥੇ ਨੇ ਕਾਰ, ਰਹਿਣ ਸਹਿਣ, ਕਲਚਰ ਕੰਪਲੀਟਲੀ ਡਿਫਰੈਂਟ ਹੈ ਬਾ ਨਿਸਬਤ। ਅਸਾਂ ਹੁਣ ਆਹਾਂ ਕਿ ਅਸਾਂ ਮੀਰਪੁਰ ਤੋਂ ਆਏ ਹਾਂ ਤਾਂ ਉੱਥੇ ਤਾਂ ਇੱਥੇ ਕਿ ਬਹੁਤ ਬੜਾ ਫਰਕ ਹੈ। ਇੱਕ ਕਿਸਮ ਨਾਲ ਮੀਰਪੁਰ ਜਿਹੜਾ ਨਾ ਆਖਰੀ ਕੋਨਾ ਕਸ਼ਮੀਰ ਨਾ, ਮੀਰਪੁਰ ਤੋਂ ਅੱਗੇ ਮੰਗਲਾ ਤਾਂ ਦੂਆ ਕੋਨਾ ਇਹਦਾ ਵੈ ਜਿੱਥੇ ਅਸਾਂ ਫਿਰ ਫਿਰਨੇ ਹਾਂ। ਅੱਗੇ ਫਿਰ ਜਿਹੜਾ ਇੰਡੀਆ ਨੇ ਕਬਜ਼ੇ ਲਿਆ ਕਸ਼ਮੀਰ ਹੈ ਉਹ ਆਈ ਜਾਣਾ। ਜਨਾਬ ਜਗ੍ਹਾ ਬੜੀ ਸਕੂਨ ਵਾਲੀ ਆਈ ਹੈ ਅਤੇ ਇੱਥੇ ਅਸਾਂ ਖਲਸਾਂ ਤਾਂ ਕੋਈ ਖਾਂ ਪੀਆਂ ਤਾਂ ਕੋ ਹਾਂ। ਬੜੀ ਸੋਹਣੀ ਦੁਕਾਨ ਹੈ, ਕਿਆ ਹੀ ਬਾਤ ਹੈ, ਬੜੀਆਂ ਸੋਹਣੀਆਂ ਜਲੇਬੀਆਂ, ਉਸ ਤੋਂ ਬਾਅਦ ਚਿਪਸ ਵਗੈਰਾ, ਚਾਹ ਵੀ ਆਏ। ਅੱਛਾ ਪਲਾਓ ਨਾ ਤਰੈ ਕੱਪ ਚਾਹ। ਹੋਰ ਸੁਣਾਓ ਸਿਹਤ ਠੀਕ ਹੈ ਜਨਾਬ, ਖੈਰੀਅਤ ਹੈ। ਜਲੇਬੀ ਵੀ ਖਵਾ ਲਓ, ਚਿਪਸ ਵੀ ਖਵਾ ਲਓ, ਡਾਢੀ ਭੁੱਖ ਲੱਗੀ ਵੀ ਆ ਜੀ। ਹਾਂ ਤੀਨ ਕੱਪ ਇਹ ਬਤਾ, ਦੇਸੀ ਦੁੱਧ ਨਹੀਂ ਹੈ? ਚਲ ਚਲ ਸੀ ਕਸ਼ਮੀਰੀ ਚਾਏ, ਕਸ਼ਮੀਰੀ ਚਾਏ ਪਿਲਾਏ। ਇਸ ਲਈ ਜਨਾਬ ਤਾਊ ਬਟ ਬਾਲਾ ਅਸਾਂ ਬੈਠੇ ਹੋਏ ਹਾਂ, ਬਾਲਾ ਤੋਂ ਬਲਕਿ ਥੋੜ੍ਹੇ ਜਿਹੇ ਪਿੱਛੇ ਵਾ ਤਾਂ ਤੱਕ ਉਸ ਜਲੇਬੀ ਪਕੌੜੇ ਚਾਹ ਪੀ ਚੱਲਣੀ ਆ ਸਾਡੇ ਨਾਲ ਬੜੇ ਖਾਸ ਜਨਾਬ ਵਾਲਾ ਦੋਸਤ। ਤੇ ਦੱਸੋ ਪਹਿਲੇ ਪਛਾਣਿਆ ਕਿਸ ਤਰ੍ਹਾਂ ਇਹਨੇ, ਕੀ ਇਹ ਦੱਸੋ ਤੁਸੀਂ? ਮੈਂ ਉਸ ਤੋਂ ਦੇਖਨੇ ਕੰਨ ਤੋਂ ਪਛਾਣ ਗਿਆ ਨਾ। ਵੈਸੇ ਵੀਡੀਓ ਤੱਕਣੇ ਹੋ ਜਾਂ ਕਿਸ ਤਰ੍ਹਾਂ? ਥੋੜਾ ਜਿਹਾ ਤੇਰੀ ਵੀਡੀਓ ਤੇ, ਮੈਂ ਤੇ ਤੇਰੀ ਵੀਡੀਓ ਦੀ ਪਛਾਣ ਕੀਤੀ ਜੀ। ਇਹ ਬਗੜੂ ਸਾਹਿਬ ਨਾਲ ਤੇਰੀ ਵੀਡੀਓ ਆਣੀ ਰਹੀ। ਅੱਛਾ ਅੱਛਾ, ਮੈਂ ਤੇ ਉਸ ਨੂੰ ਪਛਾਣਿਆ, ਪਹਿਲੇ ਮੁਲਾਕਾਤ ਨਹੀਂ ਹੋਈ ਤੇਰੇ ਨਾਲ। ਠੀਕ ਠੀਕ, ਤੁਸਾਂ ਮਾਲ ਸ਼ਾਲ ਇੱਧਰ ਅੱਗੇ ਹੀ ਹੈ? ਇੱਥੇ ਲੇਲੇ ਛੇਲੇ ਕਿਹੜੇ ਹੋਈ ਦੇ? ਅੱਛਾ ਲੇ ਠੀਕ ਤਾਂ। ਵੈਸੇ ਰਹਿਣੇ ਕਿਹੜੀ ਜਗ੍ਹਾ? ਮਨਸਰੇ। ਅੱਛਾ ਮਨਸਰੇ ਰਹਿਣਾ, ਮਨਸਰੇ ਹੈ ਤਾਂ ਤੁਸਾਂ? ਕੋਈ ਮੰਦਿਰ ਦੋ ਹੀ ਮਨਸਰੇ। ਅੱਛਾ ਅੱਛਾ, ਮਾਸ਼ਾਅੱਲਾ ਜੀ। ਤਾਂ ਕੁਥਾ ਕੁਥਾ ਮੁਲਾਕਾਤ ਹੋਣੀ ਹੈ ਤਾਂ ਕੁਥਾ ਕੁਥਾ ਬੰਦੇ ਤੱਕਣੇ ਨੇ? ਪਤਾ ਨਹੀਂ ਆਇਆ ਤੁਸੀਂ ਆਉਂਦੇ ਹੋ ਤਾਂ ਨਹੀਂ, ਅਸੀਂ ਉੱਥੇ ਸਭਾ ਕਰਾਂ, ਵਾਤੀ ਟਿਕੇ ਰਹਿਵਾਂ, ਗੱਪ ਟੱਪ ਲੈਲਾ ਤਾਂ ਲਾਜ਼ਮੀ ਸਭਾ ਕਰਾਉਣਾ ਸੀ ਅਸਾਂ।
ਕਾਫੀ ਦਿਹਾੜਿਆਂ ਤੂੰ ਦਾਲ ਸਾਗ ਖਾਈ ਖਾਈ ਕਹਿਣਾ ਅਸਾਂ ਵੀ ਅੱਕੇ ਆ। ਚਲੋ ਫਿਰ ਜ਼ਿੰਦਗੀ ਮਾਸ਼ਾਅੱਲਾ ਜੀ, ਬੜੀ ਖੁਸ਼ੀ ਹੋਈ ਇਹਨਾਂ ਨਾਲ ਮੁਲਾਕਾਤ ਕਰੀ। ਇਨਸ਼ਾਅੱਲਾ ਤਾਂ ਖਾਣੇ ਪੀਣੇ ਆ, ਗੱਪ ਸ਼ੱਪ ਲਾਣੇ ਆ, ਤੇ ਫਿਰ ਅੱਗੇ ਜੁਲਨੇ ਆ ਤੌਬਾ ਬਾਲਾ। ਚਲੋ ਜੀ ਜਨਾਬ, ਹੁਣ ਦੁਬਾਰਾ ਸਫ਼ਰ ਅੱਗੇ ਸਾਡਾ ਸ਼ੁਰੂ ਹੋ ਗਿਆ ਬਾਲਾ ਦਾ ਤੌਬਾ। ਓਏ ਹੋਏ 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 ਹੋਏ, ਇਹ ਗਏ ਵਿਕਾਸ ਸਾਹਿਬ। ਉਹ ਬੁਰੇ ਲਾਤ ਹੋਏ ਜੀ, ਪਾਣੀਆਂ ਚੋਂ ਗੁਜ਼ਰਨਿਓ। ਇਹ ਰਸਤਾ ਹੈ ਜਨਾਬ ਤਾਊਬਟ ਬਾਲਾ ਨਾ, ਜ਼ਰਾ ਨਜ਼ਰ ਮਾਰੋ। ਹਾਂ ਇਹ ਵੀ ਰਸਤਾ ਕੋਣੀ, ਬਸ ਐਵੇਂ ਹੀ ਬਸ ਬਣੀ ਗਿਆ, ਟੂਰਿਸਟ ਇੱਧਰ ਜਾਈ ਜਾਈ ਕੇ ਬਣਾਇਆ ਉਹਨਾਂ, ਜਾਂ ਜਿਹੜੇ ਇੱਥੇ ਨੇ ਮੁਕਾਮੀ ਬੰਦੇ ਨੇ। ਅਸਾਂ ਪਿਛਲੇ ਰਸਤੇ ਕੀ ਰੋਣੇ ਸਾਂ ਤਾਊ ਬਾਠਨੇ ਕੀ, ਲੇਕਿਨ ਜਿਹੜਾ ਹੁਣ ਆਇਆ ਨਾ, ਇਹ ਉਸ ਤੋਂ ਵੀ ਨਾ ਕੋ ਅਜੀਬ ਜਿਹਾ ਰਸਤਾ ਵੈ। ਇਹ ਪੂਰਾ ਦਰਖਤ ਹੀ ਤੱਕਣੇ ਉਸ ਦਰਿਆ ਵਿੱਚ ਜਾਈ ਗਿਆ ਪਿਆ। ਓਏ ਹੋਏ 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 ਹੋਏ, ਅਪਰੂ ਪਾਣੀ, ਬੱਟੇ, ਖਿੰਗਰ, ਲੇਕਿਨ ਇੰਤਹਾ ਜੀ ਖੂਬਸੂਰਤੀ ਨਹੀਂ, ਅੱਜ ਇੰਤਹਾ ਹੋ ਗਈ ਹੈ। ਬਬੜੂ ਸਾਹਿਬ ਥਮਸ, ਓਏ ਹੋਏ, ਲੈ ਜਾਓ ਲੈ ਜਾਓ ਲੈ ਜਾਓ, ਸਕੂਟਰ ਫਸੀ ਗਿਆ ਜਨਾਬ ਸਾਡਾ, ਦਬਾਓ ਸਾਂ। ਸਕੂਟਰ ਫਸੀ ਗਿਆ ਜਨਾਬ, ਬਹੁਤ ਬੁਰੇ ਹਾਲਾਤ ਹੋਏ ਨੇ ਸਾਡੇ। ਅਸਲ ਸਮਾਨ ਕਾਫੀ ਹੈ ਸਾਡੇ ਕੋਲ, ਜਿਸ ਵਜ੍ਹਾ ਤੋਂ ਸਕੂਟਰ ਇੱਥੇ ਫਸਿਆ ਵੈ। ਸ਼ੁਕਰ ਅਲਹਮਦੁਲਿਲਾ ਚੜ੍ਹੀ ਆਇਆ ਜੀ। ਬੜਾ ਮੁਸ਼ਕਲ ਰਸਤਾ ਜਨਾਬ, ਬਹੁਤ ਹੀ ਮੁਸ਼ਕਲ ਟਰੈਕ ਹੈ ਇਹ ਤਾਂ ਕੋਣ। ਲੇਕਿਨ ਉਹ ਆਉਣੇ ਨੇ ਖੂਬਸੂਰਤ ਮੰਜ਼ਿਲਾਂ ਨੇ, ਸਫ਼ਰ ਅਕਸਰ ਜਿਹੜੇ ਨਾ ਮੁਸ਼ਕਲ ਹੀ ਹੋਣੇ ਤਾਂ ਰਸਤੇ ਵੀ ਦੁਸ਼ਵਾਰ। ਲੇਕਿਨ ਜੂੰ ਜੂੰ ਅਸਾਂ ਅੱਗੇ ਪਿਛਣੇ ਆ, ਇੱਕ ਸਕੂਨ, ਕਿਆ ਹੀ ਬਾਤ ਹੈ। ਇਹ ਜ਼ਿੰਦਗੀ ਜਿਹੜੀ ਹੈ ਨਾ, ਮੈਂ ਆਣਾ ਕਿ ਕੋਈ ਅਲਫਾਜ਼ ਨਹੀਂ ਇਸ ਵਾਸਤੇ। ਹੁਣ ਨਜ਼ਰ ਮਾਰੋ, ਹਾਂ ਸੁਭਾਨ ਅੱਲਾ, ਇਹ ਅਸਾਂ ਇੰਟਰ ਹੋ ਚੁੱਕੇ ਹਾਂ ਜਨਾਬ ਤਾਊਬਾ ਬਾਲਾ। ਜਿੱਥੇ ਇੱਕ ਅਲੱਗ ਹੀ ਦੁਨੀਆ ਰਹਿਣੀ ਹੈ। ਇਹ ਤਾਂ ਜਨਾਬ ਆਖਰੀ ਸਟਾਪ ਹੈ ਸਾਡਾ। ਮਾਸ਼ਾਅੱਲਾ ਜੀ, ਤਾਊਬਾ ਬਾਲਾ ਮੈਂ ਪੁੱਜੀ ਆਇਆ ਵਾਂ ਤੱਕਣੇ ਉਸ। ਇਹ ਜ਼ਿੰਦਗੀ ਹੈ, ਇੱਥੇ ਨਹੀਂ ਕਿਹਾ ਸੋ ਨਾਮ ਹੈ, ਇਹ ਪੁੱਲ ਕਿਹਾ ਸੋ ਨਾਮ ਹੈ, ਕਿਸ ਤਰ੍ਹਾਂ ਘੋੜੇ ਫਿਰ ਕ੍ਰਾਸ ਕਰਨ ਲੱਗੇ ਹੋਏ ਨੇ, ਤਾਂ ਹੁਣ ਮੈਂ ਵੀ ਕ੍ਰਾਸ ਕਰ ਸਾਂ। ਨਜ਼ਰ ਮਾਰੋ, ਹਾਂ ਜਨਾਬ ਪੁੱਲ ਹੈ ਕੀ, ਪੁਰਾਣੀ ਜ਼ਿੰਦਗੀ ਕਸ਼ਮੀਰ ਨੇ, ਕਦੀਮ ਦੌਰ ਨੇ, ਇਹ ਉਹ ਜ਼ਿੰਦਗੀ ਹੈ। ਤੱਕੋ
ਲਓ ਜੀ ਜਨਾਬ, ਇਸਲੇ ਜਿਹੜਾ ਵਾ ਨਾ ਤਾਓ ਬਟ ਬਾਲਾ ਆਈ ਗਿਆ ਵਾਂ ਮੈਂ। ਤੁਸੀਂ ਚੈੱਕ ਕਰੋ ਹਾਂ ਜ਼ਰਾ ਇਸਨੀ ਖੂਬਸੂਰਤੀ ਕੀ, ਕਿਤਨੇ ਖੂਬਸੂਰਤ ਅੰਦਾਜ਼ ਜਨਾਬ ਵਾਲਾ ਦਰਿਆ ਜਾਈ ਰਿਹਾ ਵੈ। ਨਜ਼ਰ ਮਾਰੋ ਹਾਂ, ਬਲਕਿ ਦਰਿਆ ਆਈ ਰਿਹਾ ਵੈ, ਜਾਈ ਨਹੀਂ ਰਿਹਾ ਜਨਾਬ। ਅਤੇ ਤੁਸਾਂ ਕੀ ਉਹ ਮਕਾਨ ਦੱਸਣੇ ਆ, ਇਹ ਮਕਾਨਾਂ ਕੀ ਜਨਾਬ ਵਾਲਾ, ਹੁਣ ਤੁਸਾਂ ਨਜ਼ਰ ਮਾਰੋ ਹਾਂ ਇਸ ਜ਼ਿੰਦਗੀ ਕੀ ਤੱਕੋ ਹਾਂ, ਪਿਓਰ ਦੇਸੀ ਜ਼ਿੰਦਗੀ ਜਨਾਬ। ਇਹ ਅਸਾਂ ਕਸ਼ਮੀਰ ਨੇ ਆਖਰੀ ਗ੍ਰਾਂ ਤੋਂ ਅੱਗੇ ਫਿਰ ਤਾਊ ਬਟ ਬਾਲਾ ਤੂੰ ਪਿਆਦਲ ਟਰੈਕ ਕਰੀ ਗਿਆ ਤਾਂ ਥੋੜ੍ਹਾ ਜਿਹਾ ਆਏ ਹਾਂ ਅੱਗੇ ਇਹਨਾਂ ਘਰਾਂ ਕੀ ਤੱਕਣੇ ਵਾਸਤੇ। ਤੱਕੋ ਹਾਂ ਜਨਾਬ, ਲੱਕੜੀ ਨੇ ਮਕਾਨ ਜਿਸਾ ਕਿ ਮੈਂ ਪਹਿਲੇ ਤੁਹਾਨੂੰ ਨਾਲ ਜ਼ਿਕਰ ਕੀਤਾ ਸੀ ਬਈ, ਇਹਨਾਂ ਨੇ ਛੱਤ ਵੀ ਜਿਹੜੇ ਨਾ ਇਹ ਵੀ ਲੱਕੜੀ ਨੇ, ਨਾ ਸਿਰਫ ਮਕਾਨ ਬਲਕਿ ਛੱਤ ਵੀ। ਕੋਈ ਸ਼ਟਰ ਸਟਾਈਲ ਨਹੀਂ ਇੱਥੇ, ਕੁਝ ਕੱਖ ਵੀ ਨਹੀਂ, ਇਸਾ ਵਿੱਚ ਹੀ ਇਹ ਬਰਫਾਂ ਦੇ ਵਿੱਚ ਵੀ ਜ਼ਿੰਦਗੀ ਗੁਜ਼ਾਰਨੇ ਨੇ। ਔਰ ਇਹ ਜੇ ਫਿਰ ਅੱਗੂ ਪਾਣੀ ਜਾਣਾ ਵੈ, ਕਿਆ ਹੀ ਬਾਤ ਹੈ ਮਾਸ਼ਾਅੱਲਾ, ਇੱਥੇ ਦੀ ਖੂਬਸੂਰਤੀ ਨਹੀਂ, ਇੱਥੇ ਦੀ ਜ਼ਿੰਦਗੀ ਨਜ਼ਰ ਮਾਰੋ ਹਾਂ, ਸਿੰਪਲ। ਇਹ ਮਾਲ ਡੰਗਰ ਚੈੱਕ ਕਰੋ, ਗਈਆਂ ਜਾ ਰਹੀਆਂ ਚੁਗਣੀਆਂ। ਚਲੋ ਜੀ, ਮੈਂ ਤਾਂ ਬਗੜੂ ਸਾਹਿਬ ਅੱਜ ਜਿਹੜਾ ਨਾ ਚੀਕਣੀ ਝੁੱਜੀ ਕੇ ਨਾ ਜੀ, ਇਹ ਤਾਂ ਜੀ ਬਚਪਨ ਦੀ ਯਾਦ ਤਾਜ਼ਾ ਕੀਤੀ ਅੱਜ ਅਸਾਂ। ਨਜ਼ਰ ਮਾਰੋ ਹਾਂ, ਕਹਿਣੇ ਬਗੜੂ ਸਾਹਿਬ ਚਸ ਆਇਆ ਨੀ, ਮਾੜਾ ਥੋੜ੍ਹਾ ਵਜ਼ਨ ਜ਼ਿਆਦਾ, ਸੋਥੂ ਮਿਸ਼ਾ ਕੇ ਵਜ਼ਨ ਜ਼ਿਆਦਾ। ਇਹ ਵੀ ਚੈੱਕ ਕਰੋ ਹਾਂ ਕਿਤਨੇ ਸੋਹਣੇ ਕਾਰਨ, ਇਹ ਪੂਰਾ ਗ੍ਰਾਮ ਹੈ ਜਿਹੜਾ ਕਿ ਪੂਰੇ ਨੇ ਪੂਰਾ ਨਾ ਸਿਰ ਲੱਕੜੀ ਨੇ ਛੱਤਾਂ 'ਚ ਰਹਿਣੇ, ਭਾਵੇਂ ਬਰਫਾਂ ਆਵਣ ਤਾਂ ਭਾਵੇਂ ਜੋ ਮਰਜ਼ੀ ਆਵੇ, ਇੱਕ ਮਾੜੇ ਸਾਹਮਣੇ ਲੱਕੜੀ ਨਾ ਕਾਰ ਹੈ। ਨਜ਼ਰ ਮਾਰੋ ਹਾਂ ਤਾਂ ਉਹ ਬਟ ਬਾਲਾ ਨੇ ਇੱਕ ਹੋਰ ਸਾਈਡ ਪਰ, ਹੁਣ ਮੈਂ ਆਇਆ ਵਾਂ, ਜ਼ਰਾ ਚੈੱਕ ਕਰੋ ਹਾਂ ਇਹ ਮਸਜਿਦ ਇੱਥੇ ਜਿਹੜੀ ਬਣਤੀ ਵੀ ਹੈ, ਬੱਚੇ ਇਸ ਲੈ ਪੇ ਖੇਡਣ ਲੱਗੇ ਵੇ। ਹੁਣ ਨਜ਼ਰ ਮਾਰੋ ਹਾਂ ਇਹਨਾਂ ਘਰਾਂ ਕੀ ਪ੍ਰੋਪਰ ਤਰੀਕੇ ਨਾਲ ਜਨਾਬ, ਮੈਂ ਬੜੀ ਉੱਚੀ ਜਿਹੀ ਜਗ੍ਹਾ ਅੱਛੀ ਗਿਆ ਚੜ੍ਹੀ ਗਿਆ ਤਾਂ ਉਸ ਵਿਊ ਕਰਾਉਣਾ, ਇੱਥੇ ਡਰੋਨ ਡਾਰਨੇ ਇਜਾਜ਼ਤ ਨਹੀਂ ਹੈ। ਜ਼ਰਾ ਇਸ ਸਾਰੀ ਜਗ੍ਹਾ ਨਾ ਵਿਊ ਕਰੋ ਹਾਂ, ਇਹਨਾਂ ਘਰਾਂ ਨੇ ਅੱਗੂ ਇਹ ਦਰਿਆ ਕਿਤਨਾ ਸੋਹਣਾ ਜਾਈ ਰਿਹਾ ਵੈ। ਜਨਾਬ ਇਸਲੇ ਤਾਊ ਬਟ ਬਾਲਾ ਤਾਂ ਅਸਾਂ ਇਹਦਾ ਬਹਿ ਗਏ ਹਾਂ, ਲੇਕਿਨ ਇੱਥੇ ਜਿਹੜੀ ਪਿੱਛੇ ਚੈੱਕ ਪੋਸਟ ਹੈ ਨਾ ਆਰਮੀ ਨੇ, ਤਾਂ ਉਹ ਆਉਣ ਬਈ ਅੱਗੇ ਟੂਰਿਸਟ ਕੀ ਅਲਾਊਡ ਨਹੀਂ ਹੈ ਕਿ ਮਿਨੀ ਮਰਗ ਜਾਈ ਸਕੋ ਸਰ, ਅਤੇ ਬੜੀ ਪਰੇਸ਼ਾਨੀ ਨਾਲ ਆਲਮ ਹੈ ਕਿ ਅਸਾਂ ਨੇ ਜਿਹੜਾ ਮੈਨ ਇਸ ਵਾਰੀ ਸਾਰੀ ਜਰਨੀ ਨਾ ਸੀਨ ਸੀ ਨਾ ਉਹ ਮਿਨੀ ਮਰਗ ਨਾ ਸੀ ਕਿ ਤਾਊ ਬਟ ਤੋਂ ਅੱਗੇ ਮੈਂ ਤੁਸੀਂ ਦੱਸਣਾ ਸਵਿਟਜ਼ਰਲੈਂਡ ਆਫ ਕਸ਼ਮੀਰ ਜਿਸ ਕੇ ਆਖਣੇ ਨੇ, ਤਾਂ ਉੱਥੇ ਜੁਲਣਾ ਵੈ, ਤਾਂ ਕੋਸ਼ਿਸ਼ ਹੈ ਇਨਸ਼ਾਅੱਲਾ ਅੱਲਾ ਕਰਨ ਕਿ ਅਸਾਂ ਲੈ ਜਾਂ ਕੱਲ੍ਹ ਸਾਡਾ ਸਫ਼ਰ ਜਿਹੜਾ ਨਾ ਉੱਥੇ ਨਾ ਵੈ। ਬਹਰਹਾਲ ਹੁਣ ਤੂੰ ਤਾਊ ਬਟ ਬਾਲਾ ਤੂੰ ਵਾਪਸ ਨਿਕਲਣੇ ਆ ਜੋ ਵੀ ਹੈ ਇਨਸ਼ਾਅੱਲਾ, ਤਾਂ ਤੁਸੀਂ ਕੀ ਅੱਲਾ ਨੇ ਹੁਕਮੇ ਨਾਲ ਦੱਸਣੇ ਆ। ਕਹਿਣੇ ਹੋ ਜੀ ਬਗੜੂ ਸਾਹਿਬ ਇੱਧਰ ਜਾਣਾ ਸੀ ਅਸਾਂ, ਇੱਥੋਂ ਅਸਾਂ ਸਿੱਧਾ ਕੱਲ੍ਹ ਅੱਗੇ ਜਾਣਾ ਸੀ ਜਨਾਬ ਪਿਆਦਲ ਟੂਰ ਹੀ ਕਹਿਣਾ, ਪਿਆਦਲ ਸਾਡਾ ਸਫ਼ਰ ਸੀ ਕੋਈ 2-3 ਦਿਹਾੜਿਆਂ ਨਾਲ, ਲੇਕਿਨ ਬਹੁਤ ਹੀ ਯਾਦਗਾਰ ਔਰ ਆਖਰੀ ਲੈਵਲ ਨਾਲ ਸਫ਼ਰ ਸੀ ਜਨਾਬ ਪਿਆਦਲ, ਤਾਂ ਜੇ ਅਸੀਂ ਅੱਗੋਂ ਘੋੜੇ ਵੀ ਲੱਭੀ ਜਾਣੇ ਤਾਂ ਅਸਾਂ ਕੋਈ ਘੋੜੇ ਵੀ ਕਰਨੇ ਸਨ। ਬੜਾ ਸੋਚਿਆ ਅਸੀਂ ਸੀਨ ਕਿ ਇਸ ਵਾਰ ਤੁਸੀਂ ਕੀ ਨਾ ਇੱਕ ਅਲੱਗ ਹੀ ਦੁਨੀਆ ਦੱਸਣੀ ਹੈ, ਇੱਕ ਅਲੱਗ ਹੀ ਬਿਊਟੀ ਕਸ਼ਮੀਰ ਨੇ ਦੱਸਣੀ ਹੈ,
ਲੇਕਿਨ ਜੋ ਫਿਰ ਅੱਲਾਹ ਤਾਲਾ ਕੀ ਮਨਜ਼ੂਰ ਹੋਸੀ ਹੋਣਾ ਤਾਂ ਉਹੀ ਹਮੇਸ਼ਾ ਜੋ ਰੱਬ ਹੀ ਮਨਜ਼ੂਰ ਹੋਣਾ ਮੈਂ। ਲੇਕਿਨ ਕੋਸ਼ਿਸ਼ ਪੂਰੀ ਹੈ ਇਨਸ਼ਾਅੱਲਾ ਕਿ ਕੱਲ੍ਹ ਨਾ ਜਿਹੜਾ ਸਾਡਾ ਸਫ਼ਰ ਹੈ ਨਾ ਇਹ ਅਸਾਂ ਨਿਕਲਾਂ ਅਤੇ ਤਾਊਬਾਟ ਬਾਲਾ ਜਿੱਥੇ ਅਸਾਂ ਬੈਠੇ ਹੋਏ ਹਾਂ ਇੱਥੋਂ ਅੱਗੇ ਜਨਾਬੇ ਵਾਲਾ ਅਸਾਂ ਮਿਨੀ ਮਾਰਗ ਨਾਲ ਸਫ਼ਰ ਸ਼ੁਰੂ ਕਰਾਂ ਅਤੇ ਚਲੋ ਹਾਂ ਅੱਲਾਹ ਪਾਕ ਖੈਰ ਕਰਨ ਜੁਲਨੇ ਹਾਂ ਅਤੇ ਮੇਨ ਤਾਊਬਾਟ ਜਿਹੜਾ ਬਾਜ਼ਾਰ ਹੈ ਉੱਥੇ ਜੁਲਨੇ ਉੱਥੇ ਦੱਸਦੇ ਹਾਂ ਰੂਮ ਸ਼ੂਮ ਸਾਰਾ ਕੁਝ ਜਿਹੜਾ ਵਾ ਨਾ ਚੈੱਕ ਕਰਾਉਣੇ ਹਾਂ। ਇਸ ਗ੍ਰਾਂ 'ਚੋਂ ਜਾਣ ਤੋਂ ਪਹਿਲੇ ਜਨਾਬ ਪਿਓਰ ਦੇਸੀ ਦੁੱਧਾਂ ਨਹੀਂ ਜਿਹੜਾ ਨਾ ਮੈਂ ਕਿਹਾ ਚਾਹ ਪੀ ਕੇ ਜਾ ਸਾਂ ਬਗੜੂ ਸਾਹਿਬ ਤਾਂ ਮੈਂ ਇਸ ਤਰ੍ਹਾਂ ਨਾ ਜਾਣੇ। ਆਓ ਜੀ ਬਗੜੂ ਸਾਹਿਬ ਦੇਸੀ ਦੁੱਧਾਂ ਨਹੀਂ ਚਾਹ ਜੀ ਉਹਨਾਂ ਵਿਕਾਸ ਸਾਹਿਬ ਕੁਰਸੀ ਕੋਣੀ ਕੋਈ ਕੁਰਸੀ ਚਾਹੀ ਜਾਣੋ ਸਰ ਮੈਂ ਇਹ ਬੈਕਗਰਾਊਂਡ ਹੀ ਖੂਬਸੂਰਤ ਮੰਜ਼ਰ ਜਨਾਬ ਅਤੇ ਇੱਥੇ ਦੇਸੀ ਚਾਹ ਫਿਰ ਦੇਸੀ ਦੁੱਧ ਆਏ ਹਾਏ ਹਾਏ ਇਜਾਜ਼ਤ ਅੱਗੇ ਮਿਨੀ ਮਾਰਗ ਨਹੀਂ ਅਸੀਂ ਲੱਭਿਆ ਜਾਂ ਨਾ ਲੱਭਿਆ ਲੇਕਿਨ ਅਸੀਂ ਚਸਤ ਪੂਰੀ ਪੂਰੀ ਕਰਨੀ ਹੈ ਬਿਲਕੁਲ ਚਸਤ ਹੈ ਨਾ ਨਾ ਚਸਤ ਨਾ ਇਤੋਂ ਕੱਲ ਅੱਗੇ ਨਾ ਸਫਰ ਹੋ ਸੀ ਜਾਂ ਪਿੱਛਾ ਨਾ ਉਹ ਤਾਂ ਅੱਲੇ ਜਾਣਨੇ ਲੇਕਿਨ ਇਹ ਹੈ ਕਿ ਅਸੀਂ ਅੱਜ ਤਸੱਲੀ ਨਾਲ ਜਨਾਬ ਵਾਲਾ ਅਸੀਂ ਖੂਬ ਇੰਜੋਏ ਕਰ ਰਹੇ ਔਰ ਨਾਲ ਤੁਸੀਂ ਵੀ ਕਰਾਈ ਰਹੇ ਹਾਂ। ਚਾਹ ਸਾਡੀ ਆਈ ਗਈ ਹੈ ਪੁਰਸਕੂਨ ਮੰਜ਼ਰ ਵਿੱਚ ਦੇਸੀ ਦੁੱਧਾਂ ਦੀ ਚਾਹ ਇੱਥੇ ਵੀ ਦੇਸੀ ਦੁੱਧਾਂ ਦੀ ਚਾਹ ਲੋੜਨਾ ਬੜੀ ਨਿਆਮਤ ਹੈ ਕਿਉਂਕਿ ਜਾਨਵਰ ਸਾਰੇ ਜਿਹੜੇ ਨਾ ਇਹਨਾਂ ਨੇ ਢੋਕਾਂ ਪਰ ਗਏ ਨੇ ਅਤੇ ਢੋਕਾਂ ਪਰ ਇਸ ਵੇਲੇ ਮੱਖਣ ਕਿ ਉਹ ਅਤੇ ਲੱਸੀਆਂ ਸੱਸੀਆਂ ਸਾਰਾ ਕੁਝ ਚੱਲਣਾ ਜਨਾਬ ਅਤੇ ਇੱਥੇ ਹੁਣ ਪੀਣੇ ਹਾਂ ਚਾਹ ਨਾਲ ਇਹ ਸ਼ਾਮ ਦਾ ਮੰਜ਼ਰ ਵੀ ਜਨਾਬ ਵਾਲਾ ਸੋ ਇੰਜੋਏ ਕਰੋ ਕਸ਼ਮੀਰ ਨੇ ਆਖਰੀ ਗ੍ਰਾਂ ਦੇ ਵਿੱਚ ਫਾਈਨਲੀ ਜਨਾਬ ਅਸਾਂ ਆਪਣੇ ਕਮਰੇ ਵਿੱਚ ਮਾਸ਼ਾਅੱਲਾ ਨੇ ਨਾਲ ਪੁੱਜੀ ਆਇਆ। ਜ਼ਰਾ ਕਮਰਾ ਚੈੱਕ ਕਰ ਸੋ ਅਤੇ ਫਿਰ ਤੁਸਾਂ ਕੀ ਪਤਾ ਲੱਗ ਸੀ ਕਿ ਵਾਕਿਆ ਕਮਰਾ ਵੈ ਸਾੜਾ। ਇੱਕ ਵਾਰ ਇਸ ਕੀ ਸਾਰੇ ਕੀ ਨਜ਼ਰ ਮਾਰੋ ਹਾਂ ਇੱਧਰ ਸਾਰਾ ਲੱਕੜੀ ਨੇ ਨਾਲ ਜਨਾਬੇ ਵਾਲਾ ਬੰਤੇ ਆਵੇ ਤਾਊ ਬਟ ਅੰਦਰ ਜਨਾਬ ਇਸ ਲਈ ਅਸਾਂ ਮੌਜੂਦ ਹਾਂ ਅਤੇ ਇਹਦਾ ਬੈਡ ਤੱਕੋ ਇਸ ਵਕਾਲ ਸਾਹਿਬ ਤੋਂ ਬਗਰੂ ਸਾਹਿਬ ਸਿਸਟਮ ਅਤੇ ਮੈਂ ਕੁਰਾ ਥੱਲਾ ਗੱਦਾ ਡਾਈ ਸਹੀ ਰਹੇ ਸਾਂ ਜਨਾਬ ਮਾੜਾ ਕਿ ਮਲੰਗ ਨਹੀਂ ਭਾਈ ਫਾਂ ਜੀ ਇਤਨੇ ਮਸ਼ਹੂਰ ਯੂਟਿਊਬਰ ਕਸ਼ਮੀਰ ਉਹ ਮਸ਼ਹੂਰ ਹੈ ਫਿਰ ਥੱਲਾ ਪਏ ਮੈਂ ਹੁਣ ਉਹ ਗੱਲ ਚੰਗੀ ਥੱਲਾ ਜਨਾਬ ਆਪ ਨਹੀਂ 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 ਤੁਸੀਂ ਭਾਈ ਫਾਂ ਜੀ ਸਾਫਰ ਅਫਰ ਲੈ ਲਓ ਨਹੀਂ ਵਕਾਲ ਸਾਹਿਬ ਬਹੁਤ ਮਿਹਰਬਾਨੀ ਤੁਹਾਨੀ ਜਨਾਬ ਤੇ ਇਸ ਕਮਰੇ ਦੇ ਵਿੱਚੋਂ ਬਾਹਰ ਨਿਕਲਨੇ ਆ ਤਾਂ ਤੁਹਾਨੂੰ ਵਿਊ ਦੱਸਨੇ ਆ ਤਾਊਬਾਟ ਅੰਦਰ ਇਸ ਹੋਟਲ ਹੈ ਨਾ ਸ਼ਾਲੀਮਾਰ ਹੋਟਲ ਤਾਂ ਜਦੋਂ ਵੀ ਅੱਛੋ ਸਟੇ ਕਰੋ ਅਗਰ ਤੁਸੀਂ ਲੱਕੜੀ ਦਾ ਮਾਹੌਲ ਚਾਹੀਦਾ ਨਾ ਬਿਲਕੁਲ ਇਸ ਹੋਟਲ ਵਿੱਚ ਕੰਪਲੀਟਲੀ ਲੱਕੜੀ ਦਾ ਮਾਹੌਲ ਹੈ ਜਨਾਬ ਅਤੇ ਇੱਥੋਂ ਇਸ ਵੇਲੇ ਸ਼ਾਮ ਨਾਲ ਇੱਕ ਮੰਜ਼ਰ ਖੂਬਸੂਰਤ ਤੁਸਾਂ ਕੀ ਦੱਸਨੇ ਆ ਜ਼ਰਾ ਚੈੱਕ ਕਰੋ ਹਾਂ ਜਨਾਬ ਇਹ ਸ਼ਾਮ ਨਾਲ ਇੱਕ ਖੂਬਸੂਰਤ ਮੰਜ਼ਰ ਹੈ ਤਾਊ ਬਟ ਨਾ ਸਵੇਲੇ ਤੋਂ ਸ਼ਾਮੀ ਤੱਕ ਰੌਣਕ ਤੱਕੋ ਹਾਂ ਅੱਜ ਮੈਂ ਤੁਸਾਂ ਕੀ ਦੱਸੀ ਹੈ ਇਸ ਏਰੀਏ ਦੀ ਦਰਿਆ ਦੀ ਆਵਾਜ਼ ਕਿਤਨੀ ਖੂਬਸੂਰਤ ਇਸ ਲੈ ਮਾਸ਼ਾਅੱਲਾ ਹੁਣ ਕੋਈ ਸੋਹਣਾ ਜਿਹਾ ਖਾਣਾ ਆਰਡਰ ਕਰਨੇ ਆ ਅਤੇ ਫਿਰ ਤੁਸਾਂ ਕੀ ਦੱਸਦੇ ਹਾਂ ਜਨਾਬ ਅਤੇ ਖਾਣੇ ਉੱਪਰ ਇਨਸ਼ਾਅੱਲਾ ਜਿਹੜਾ ਨਾ ਵਲੋਗ ਕੀ ਐਂਡ ਕਰ ਸਾਂ। ਮਾਸ਼ਾਅੱਲਾ ਜੀ ਰਾਤਾਂ ਨੇ ਖਾਣਾ ਸੜਾ ਹੀ ਗਿਆ ਅੱਜ ਅਸਾਂ ਕੜਾਹੀ ਲਵਾਈ ਆ ਤਾਂ ਵਕਾਸ ਸਾਹਿਬ ਜਿਹੜੇ ਨਾ ਇਹ ਗੋਸ਼ਤ ਹੈ ਤੂੰ ਕੋਈ ਨਫ਼ਰਤ ਜੀ ਕਰਦੇ ਪਤਾ ਨਹੀਂ ਕਿਆ ਚਿਕਨ ਸਿਰ ਚਿਕਨ ਤੋਂ ਜਨਾਬ ਬਗਰੂ ਸਾਹਿਬ ਨਾਲ ਸਾਡੇ ਬੜੇ ਪਿਆਰੇ ਜਨਾਬੇ ਵਾਲਾ ਯੂਟਿਊਬਰ ਹਨ ਜਿਹੜੇ ਰੀਸੈਂਟਲੀ ਤੁਹਾਨੂੰ ਪਤਾ ਨੀਲਮ ਵੈਲੀ ਸੀ ਕਿ ਹੁਣ ਯੂਟਿਊਬਰ ਹਨ ਉਹ ਹੁਣ ਸਾਡੇ ਸ਼ੋਭੋ ਭਾਈ ਅਤੇ ਇੱਥੋਂ ਇਹਨਾਂ ਨੇ ਵਲੋਗਸ ਵਗੈਰਾ ਵੀ ਤੱਕੇ ਹੋ ਸਕਣ ਤਾਂ ਅੱਜ ਇਹਨਾਂ ਸਪੈਸ਼ਲੀ ਸਾਡਾ ਰੂਮ ਇੱਥੇ ਕਰਾਇਆ ਸੀ ਬੁੱਕ ਅਤੇ ਅਸਾਂ ਫਿਰ ਇਹਨਾਂ ਕੋਲ ਹੀ ਸਟੇ ਕੀਤੀ ਹੈ ਜਨਾਬ ਅਤੇ ਖਾਣਾ ਛਾਣਾ ਆਈ ਗਿਆ ਤਾਂ ਗੱਡੀਆਂ ਖਾਣੇ ਆ ਤੁਹਾਨੂੰ ਜ਼ਰੂਰ ਇਹਨਾਂ ਨੇ ਚੈਨਲ ਵੀ ਚੈੱਕ ਕਰਨਾ ਵੈ ਅਤੇ ਇਹਨਾਂ ਦਾ ਚੈਨਲ ਹੈ ਜਨਾਬ ਸ਼ੋਭੋ ਨੇ ਨਾ ਥੂ ਤਾਂ ਮਾਸ਼ਾਅੱਲਾ ਬੜੇ ਅੱਛੇ ਯੰਗ ਯੂਟਿਊਬਰ ਹਨ ਤਾਂ ਬੜੀ ਖੁਸ਼ੀ ਹੋਈ ਹੈ ਇਹਨਾਂ ਨਾਲ ਮਿਲੀ ਕੇ ਤੋ ਸ਼ੋਭਾ ਭਾਈ ਆਪ ਦੋ ਚਾਰ ਲਫ਼ਜ਼ ਆਪਣੀ ਤਰਫ ਸੇ ਬੋਲ ਦੋ ਬਹੁਤ ਬਹੁਤ ਸ਼ੁਕਰੀਆ ਇਰਫਾਨ ਭਾਈ ਆਪ ਆਪਕੀ ਲੈਂਗੁਏਜ ਥੋੜ੍ਹੀ ਸੀ ਮੁਖਤਲਿਫ ਹੈ ਔਰ ਹਮਾਰੀ ਥੋੜ੍ਹੀ ਸੀ ਅਲੱਗ ਹੈ ਹਮ ਉਰਦੂ ਮੇਂ ਵਲੌਗ ਬਣਾਤੇ ਬਹੁਤ ਬਹੁਤ ਸ਼ੁਕਰੀਆ ਆਪ ਨੀਲਮ ਵੈਲੀ ਮੇਂ ਆਏ ਹਮ ਤੋ ਛੋਟੇ ਕ੍ਰੀਏਟਰ ਹੈ ਮਾਸ਼ਾਅੱਲਾ ਸੇ ਇਰਫਾਨ ਭਾਈ ਪੂਰੇ ਹਮਾਰੇ ਆਜ਼ਾਦ ਕਸ਼ਮੀਰ ਕੇ ਸਭ ਸੇ ਬੜੇ ਵਲੌਗਰ ਹੈ
ماشاءاللہ اللہ پاک نے ان کو اتنی زیادہ عزت دی ہے. اسپیشلی میں آپ کا شکریہ ادا کرنا چاہتا ہوں کہ آپ نیلم ویلی میں آئے اور آپ نیلم ویلی کو پروموٹ کر رہے ہیں, کیونکہ ہمارے نیلم ویلی میں اتنا کوئی بڑا کریٹر نہیں ہے کہ جو نیلم ویلی کو پروموٹ کرے. آپ آئے ہیں آپ کی وجہ سے, امید کرتا ہوں کہ ہماری نیلم ویلی اور زیادہ پروموٹ ہوگی. بہت بہت شکریہ, بہت مہربانی جی, اللہ سونے والا.